ਹਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕੱਤ ਨਾ ਲਾਗੀ ਵਾਰ। ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾਏ ਲਏ ਇੱਕ ਨਾ ਹੁਕਮੇ ਕਰੇ ਬਣਾਸ। ਬਾਬਾ ਜੀ ਆਪਣੀ ਬਾਣੀ ਅੰਦਰ ਕਿਰਪਾ ਕਰ ਰਹੇ। ਹੁਣੇ ਹੁਣੇ ਤੁਸੀਂ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਹਨਾਂ ਦੇ ਦਰਗਾਹੀ ਵਚਨ ਟੇਪ ਦੁਆਰਾ ਸੁਣ ਰਹੇ ਸੀ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਹਨਾਂ ਨੇ ਬੜੀ ਮਹਾਨ ਕਿਰਪਾ ਕੀਤੀ। ਇਹ ਨਾਨਕਸਰ ਸਾਰਾ ਤਮੀਲ ਕਰਾਇਆ, ਆ ਸੋਹਣੇ ਸੋਹਣੇ ਸੱਚਖੰਡ ਬਣਾਏ ਅਤੇ ਇੱਥੇ ਵਧੀਆ ਸੰਪਟ ਖੰਡ ਪਾਠ ਔਖੀ ਘੜੀ ਵਾਲੇ ਸਰਬੱਤ ਦੇ ਭਲੇ ਲਈ ਸ਼ੁਰੂ ਕੀਤੇ, ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਕੀਤੇ। ਇੱਥੇ ਬਹਿੰਗਮ ਬਾਬਾ ਜੀ ਦੀ ਰਜਾ ਵਿੱਚ ਕਾਫੀ ਬਹਿੰਗਮ ਰਹਿ ਰਹੇ ਹੈ। ਬਾਬਾ ਜੀ ਕਹਿੰਦੇ ਸੀ ਭਾਈ ਜਿਹੜਾ ਗੁਰੂ ਨਾਨਕ ਦੇ ਚਰਨਾਂ ਵਿੱਚ ਇਸ ਸਥਾਨ 'ਤੇ ਆ ਗਿਆ, ਹੁਕਮ ਦੇ ਵਿੱਚ ਰਹਿੰਦਾ, ਸੇਵਾ ਕਰਦਾ, ਸਿਮਰਨ ਕਰਦਾ, ਡਿਊਟੀਆਂ 'ਤੇ ਤਤਪਰ ਰਹਿੰਦਾ, ਉਹ ਭਾਈ ਦੇਵਤਿਆਂ ਨਾਲੋਂ ਘੱਟ ਨਹੀਂ ਹੈ, ਦੇਵਤਿਆਂ ਨਾਲੋਂ ਘੱਟ ਨਹੀਂ ਹੈ। ਬਣਾਉਣ ਵਾਲੇ ਕੌਣ ਹੈ? ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਹੋ ਜਗ ਸੱਚੇ ਕੀ ਹੈ ਕੋਟੜੀ ਸੱਚੇ ਕਾ ਵਿੱਚ ਵਾਸ। ਇਹ ਜਿਹੜੀ ਆਤਮਾ ਹਿਰਦਾ ਇਹਦੇ ਅੰਦਰ ਬਾਬਾ ਜੀ ਨੇ ਇਹੋ ਜੀ ਕਿਰਪਾ ਕੀਤੀ ਹੈ, ਇਹ ਜਗ ਸੱਚੇ ਕੀ ਕੋਠੜੀ ਹੈ। ਇਹਦੇ ਵਿੱਚ ਜਿਹੜੀ ਆਤਮਾ ਵੱਸਦੀ ਹੈ ਉਹਨੂੰ ਜਾਗ ਕਿਹਦਾ ਲਾਇਆ ਵਾ? ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ। ਤਿੰਨ ਮਹਾਂਪੁਰਸ਼ ਬਾਬਾ ਜੀ ਦੇ ਸੇਵਾਦਾਰ ਰਹੇ, ਉਹਨਾਂ ਨੇ ਆਪਣੀ ਮੌਜੂਦਗੀ ਵਿੱਚ ਸਾਰੀਆਂ ਡਿਊਟੀਆਂ ਨਿਭਾਈਆਂ, ਸੇਵਾ ਕੀਤੀ। ਹੁਣ ਉਹਨਾਂ ਦੇ ਪਿਆਰੇ ਗਾਹਾਂ ਅੱਗੇ ਸੇਵਾਵਾਂ ਨਿਭਾ ਰਹੇ ਆ। ਅੱਜ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਹਨਾਂ ਦੇ ਬਰਸੀ ਦਾ ਦਿਹਾੜਾ ਚੱਲ ਰਿਹਾ। ਕਿੱਡੀ ਬਾਬਾ ਜੀ ਨੇ ਮਹਾਨ ਕਿਰਪਾ ਕੀਤੀ ਹੈ। ਕੋਈ ਸਮਾਂ ਹੁੰਦਾ ਸੀ ਥੋੜ੍ਹੇ ਪਾਠ ਹੁੰਦੇ ਸੀ, ਸਾਲਾਨਾ ਪ੍ਰੋਗਰਾਮ ਚੱਲਦੇ ਰਹੇ। ਐਸੀ ਬਾਬਾ ਜੀ ਨੇ ਕਿਰਪਾ ਕੀਤੀ ਅਤੇ ਅੱਜ ਪਾਠੀ ਸਿੰਘਾਂ ਨੂੰ ਪਤਾ ਲੱਗ ਚੁੱਕਿਆ ਬਈ ਇੰਨਾ ਸੋਹਣਾ ਮੌਸਮ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਵਰਸੀ ਦੇ ਸਮਾਗਮ 'ਤੇ ਅਤੇ ਇੰਨੀ ਪਾਠੀ ਸਿੰਘਾਂ ਦੀ ਸੇਵਾ, ਇੰਨਾ ਪਾਠੀ ਸਿੰਘਾਂ ਵਾਸਤੇ ਰਹਿਣ ਬਹਿਣ ਨੂੰ ਵਧੀਆ ਜਗ੍ਹਾ, ਤਾਂ ਅੱਜ ਦੇਖੋ ਕਿੰਨੇ ਪਾਠ, 150 ਤੋਂ ਉੱਪਰ ਪਾਠ ਚੱਲ ਰਹੇ ਹੈ। ਇਹ ਬਾਬਾ ਜੀ ਦੀ ਕਿਰਪਾ ਹੈ। ਬਾਬਾ ਜੀ ਕਿਰਪਾ ਕਰਦੇ ਸੀ, ਬਾਬਾ ਜੀ ਦੇ ਵਿੱਚ ਕਿਹੜਾ ਗੁਣ ਸੀ ਜਿਹੜੀ ਏਡੀ ਵੱਡੀ ਇੱਕ ਦਰਗਾਹੀ ਕੰਮ ਚੱਲ ਰਹੇ ਹੈ। ਬਾਬਾ ਜੀ ਤਾਂ ਸੀ ਦਰਗਾਹੀ, ਪਰ ਬਾਬਾ ਜੀ ਕਿਰਪਾ ਕਰਦੇ ਸੀ ਭਾਈ। ਸਭ ਤੋਂ ਵੱਡਾ ਮਹਾਂਪੁਰਸ਼ਾਂ ਦਾ ਜੀਵਨ ਹੈ। ਜੇ ਬਾਬਾ ਜੀ ਕਹਿੰਦੇ ਜੀਵਨ ਹੈ
ਤਾਂ ਸਭ ਕੁਛ ਹੋਇਆ। ਜੇ ਜੀਵਨ ਨਹੀਂ ਬਣਿਆ ਸਾਰੀ ਉਮਰ ਪੁੱਠਾ ਲਟਕਲੇ ਕੱਖ ਨਹੀਂ ਬਣਿਆ। ਇਹ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਵਚਨ ਹੈ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਹੋ ਜਗ ਸੱਚੇ ਕੀ ਹੈ ਕੋਟੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਬਣਾਸ। ਜਿਹੜੇ ਤਾਂ ਅੰਦਰ ਆਪਣੇ ਸਮਾ ਲੈਂਦੇ ਹੈ, ਹੁਕਮ ਨੂੰ ਮੰਨ ਲੈਂਦੇ ਹੈ, ਹਿਰਦੇ ਵਿੱਚ ਥਾਂ ਦੇ ਦਿੰਦੇ ਹੈ, ਉਹ ਤਾਂ ਭਾਈ ਭਾਗਾਂ ਵਾਲੇ ਜੀਅ ਬਣ ਜਾਂਦੇ ਆ। ਜਿਹੜੇ ਬਣਾਸ ਕਰਦੇ ਆ, ਇੱਕ ਪਾਸਿਓਂ ਕੰਨ 'ਚ ਗੱਲ ਪਾਈ ਅਤੇ ਦੂਜੇ ਪਾਸੇ ਕੱਢ ਦਿੱਤੀ, ਉਹ ਫਿਰ ਬਾਬਾ ਜੀ ਇੱਕ ਦ੍ਰਿਸ਼ਟਾਂਤ ਦਿੰਦੇ ਸੀ। ਕਹਿੰਦੇ ਇੱਕ ਗੰਗੀਰ ਜਿਹਾ ਲੱਗਿਆ ਹੁੰਦਾ ਬਾਰਾਂ ਦੇ ਨਾਲ, ਉਹ ਆਂਡੇ ਜਿੰਨੀ ਮਿੱਟੀ ਲੱਗੀ ਹੁੰਦੀ ਆ ਉੱਥੇ, ਉਹਦੇ ਵਿੱਚ ਗਲੀਆਂ ਹੁੰਦੀਆਂ, ਉਹਨਾਂ ਦੇ ਵਿੱਚ ਜਿਹੜਾ ਉਹ ਜੀ ਹੁੰਦਾ ਉਹ ਸੁੰਡੀਆਂ ਫੜ ਕੇ ਲਿਆਉਂਦਾ, ਉਹ ਲਿਆ ਕੇ ਉਹਦੇ ਵਿੱਚ ਪਾਈ ਜਾਂਦਾ ਅਤੇ ਫਿਰ ਉਹਨਾਂ ਨੂੰ ਆਪਦਾ ਨਾਲੇ ਉੱਤੋਂ ਉਹਦੇ ਪੋਚਾ ਜਿਹਾ ਕਰ ਦਿੰਦਾ, ਬਾਰ ਬੰਦ ਕਰ ਦਿੰਦਾ ਅਤੇ ਉਹਨਾਂ ਨੂੰ ਆਪਣਾ ਸ਼ਬਦ ਸੁਣਾਉਂਦਾ। ਜਿਹੜੇ ਤਾਂ ਉਹ ਸ਼ਬਦ ਸੁਣ ਲੈਂਦੇ ਆ, ਉਹ ਤਾਂ ਭਰੰਗੀ ਦਾ ਭਰੰਗੀ ਕਹਿੰਦੇ ਆ, ਉਹਨੂੰ ਭਰੰਗੀ ਦਾ ਰੂਪ ਬਣ ਜਾਂਦੇ ਆ। ਅਤੇ ਜਿਹੜੇ ਸ਼ਬਦ ਸੁਣਦੇ ਨਹੀਂ, ਅਣਸੁਣੀ ਜੀ ਕਰ ਦਿੰਦੇ ਆ, ਉਹ ਫਿਰ ਉਵੇਂ ਹੀ ਰਹਿ ਜਾਂਦੇ ਆ। ਅਤੇ ਜਦੋਂ ਭਰੰਗੀ ਵਿੱਚੋਂ ਕੱਢਦੀ ਆ ਨਾ ਉਹਦਿਓਂ ਉਹਨਾਂ ਜੀਆਂ ਨੂੰ, ਅਤੇ ਜਿਹਨੇ ਦਾ ਸ਼ਬਦ ਸੁਣਿਆ ਹੁੰਦਾ ਉਹ ਤਾਂ ਉਹਦਾ ਰੂਪ ਬਣ ਕੇ ਨਿਕਲਦਾ, ਜਿਹਨੇ ਨਹੀਂ ਸੁਣਿਆ ਹੁੰਦਾ ਉਹ ਸੁੰਡੀ ਦੀ ਸੁੰਡੀ ਹੁੰਦੀ ਹੈ, ਉਹ ਥੱਲੇ ਡਿੱਗ ਪੈਂਦੀ ਹੈ, ਢਿੱਡ ਜਿਹਾ ਹਿਲਾਈ ਜਾਂਦੀ ਹੈ ਅਤੇ ਕੀੜੀਆਂ ਚਿੰਬੜ ਜਾਂਦੀਆਂ, ਮਗਰ ਉਹਨੂੰ ਖਾ ਜਾਂਦੀਆਂ। ਬਾਬਾ ਜੀ ਇਹ ਬਾਣੀ ਵਿੱਚ ਵੀ ਦ੍ਰਿਸ਼ਟਾਂਤ ਹੈ। ਅਤੇ ਇਸ ਤਰ੍ਹਾਂ ਬਾਬਾ ਜੀ ਕਹਿੰਦੇ ਸੀ, ਭਾਈ ਬਾਬਾ ਜੀ ਸਾਨੂੰ ਕਰਦੇ ਆ ਬਚਨ, ਬਾਬਾ ਜੀ ਸਾਨੂੰ ਦਿੰਦੇ ਆ ਸਮੱਤ। ਜੇ ਤਾਂ ਅਸੀਂ ਬਾਬਾ ਜੀ ਦੀ ਸਮੱਤ ਸੁਣਦੇ ਹਾਂ, ਗ੍ਰਹਿਣ ਕਰਦੇ ਹਾਂ, ਫਿਰ ਤਾਂ ਅਸੀਂ ਬਾਬਾ ਜੀ ਦਾ ਰੂਪ ਵੀ ਬਣ ਸਕਦੇ ਹਾਂ। ਜੇ ਅਸੀਂ ਗ੍ਰਹਿਣ ਨਹੀਂ ਕਰਦੇ ਬਾਬਾ ਜੀ ਦੇ ਵਚਨ ਨੂੰ, ਸੁਣੀ ਅਣਸੁਣੀ ਕਰਦੇ ਹਾਂ, ਫਿਰ ਬਾਬਾ ਜੀ ਕਹਿੰਦੇ ਸਾਡਾ ਵੀ ਸੁੰਡੀਆਂ ਵਾਲਾ ਹਾਲ ਹੈ। ਇਹ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਬਚਨ ਹੈ। ਬਾਬਾ ਜੀ ਦੇ ਟੇਪ ਰਾਹੀਂ ਤੁਸੀਂ ਬਚਨ ਸੁਣ ਰਹੇ ਸੀ ਅਤੇ ਬਾਬਾ ਜੀ ਕਿਰਪਾ ਕਰ ਰਹੇ ਸੀ। ਸਤ ਸੰਤੋਖ ਹੋਵੇ ਜਿਸ ਪਾਸ, ਤਾਂ ਸਤਿਗੁਰ ਸਦ ਬਹਾਲੇ ਪਾਸ। ਜਿਹਦੇ ਕੋਲੇ ਸਤ ਸੰਤੋਖ ਦਾ ਪਾਸ ਹੋਵੇ, ਫਿਰ ਬਾਬਾ ਜੀ ਕਹਿੰਦੇ ਸੀ ਭਾਈ ਉਹ ਜੀ ਬਾਬਾ ਜੀ ਦੇ ਚਰਨਾਂ ਵਿੱਚ ਬਹਿ ਜਾਂਦਾ। ਜਿਵੇਂ ਇੱਕ ਦੁਨਿਆਵੀ ਪਾਸ ਬਣੇ ਹੁੰਦੇ ਹੈ, ਉਹ ਜਿਹੜੇ ਦੁਨਿਆਵੀ ਪਾਸ ਹੁੰਦੇ ਹੈ ਅਤੇ ਉਹ ਜੇ ਨਾ ਹੋਵੇ ਨਾ ਕੋਲੇ, ਕੋਈ ਸੈਕਟਰੀ ਗੇਟ ਨਹੀਂ ਜਾ ਸਕਦਾ, ਕਈਆਂ ਦੇ ਵੱਡੇ ਵੱਡੇ ਦਫ਼ਤਰਾਂ ਦੇ ਬਣੇ ਹੁੰਦੇ ਹੈ, ਉਹਨਾਂ ਤੋਂ ਬਗੈਰ ਕੋਈ ਡਾਕਟਰਾਂ ਨੂੰ ਨਹੀਂ ਮਿਲ ਸਕਦਾ। ਉਹ ਪਾਸ ਇੱਕ ਦੁਨਿਆਵੀ ਬਣੇ ਹੁੰਦੇ ਆ। ਇੱਧਰ ਬਾਬਾ ਜੀ ਨੇ ਬਾਣੀ ਅੰਦਰ ਬਚਨ ਕੀਤੇ ਆ ਹੁਣੇ, ਸਤ ਸੰਤੋਖ ਹੋਵੇ ਜਿਸ ਪਾਸ, ਤਾਂ ਸਤਿਗੁਰ ਸਦ ਬਹਾਲੇ ਪਾਸ। ਸਤਿਗੁਰੂ ਕਿਹਨੂੰ ਆਪਣੇ ਚਰਨਾਂ ਵਿੱਚ ਬਹਾਉਂਦੇ ਆ, ਕਿਹਨੂੰ ਆਪਣੇ ਚਰਨਾਂ ਵਿੱਚ ਥਾਂ ਦਿੰਦੇ ਆ, ਜਿਹਦੇ ਕੋਲੇ ਸਤ ਸੰਤੋਖ ਦਾ ਪਾਸ ਹੋਵੇ। ਬਾਬਾ ਜੀ ਆਪਣੀ ਬਾਣੀ ਅੰਦਰ ਕਿਰਪਾ ਕਰ ਰਹੇ ਆ, ਸਤ ਸੰਤੋਖ ਹੋਵੇ ਜਿਸ ਪਾਸ, ਤਾਂ ਸਤਿਗੁਰ ਸਦ ਬਹਾਲੇ ਪਾਸ। ਜੇ ਸਿੱਖ ਗੁਰੂ ਤੋਂ ਦੂਰ ਜਾਂਦਾ ਤਾਂ ਗੁਰੂ ਸੱਦ ਕੇ ਸਿੱਖ ਨੂੰ ਕੋਲ ਬਹਾ ਲੈਂਦਾ। ਖੋਜੀ ਖੋਜ ਲੱਧਾ
हर संतन पाहा। खोजियां ने खोज के अपने मालक नूं लभ लिया, खोजी खोज लदा हर संतन पाहा। खोजत खोजत लाल हर पाई है, की मत मत मर्यादा, की मत कह न जाई संतो। खोजत खोजत लाल हर पाया, केड़ा लाल कहा सी? आ दुनियावी लाल नहीं, इन्हां दियां लखां करोड़ां अरबा भी मुल पए आ लालां दे, ये लाल नहीं। ओ लाल जिहदी कोई कीमत ही नहीं है, वो केड़ा लाल है? गुरबाणी। बाबा जी ने इस गुरबाणी नूं अपने अंदर थां दिता है, अंदर हीरा लाल बनाया। गुर का शब्द परख परखाया, पहला अपने अंदर इस लाल नूं पैदा कीता, फिर पहल परखिया, फिर संगतां नूं परखाया। बाबा जी ने 20 साल 63 तों लै के 43 तों लै के 1963 तिकर धन धन बाबा ईसर सिंह जी महाराज ने अपने सोहणे मुख तों विचार दित्ते संगतां नूं, आ सोहणा स्थान बनाया, 13-68 बनाए बाबा ईसर सिंह जी महाराज ने 13, ते अज उन्हां दा जाग लाया, होर भी बहुत बने हुए है, पर बाबा जी ने उत्थे मर्यादा रखी है। की मर्यादा? गुरु नानक दे चरणां विच कथा कीर्तन दी मर्यादा, कथा करनी, कीर्तन करना, रह रस करनी, फिर कीर्तन करना, कीर्तन सोला करना, फिर गुरु साहब दी सेवा होनी अंदर, ये मर्यादा बाबा जी ने ये कृपा कीती है। जिथे भी बाबा जी दे प्यारे बिहंगों बैठे है, जेड़े भी गुरु घरां दे विच बाबा जी दे प्यारे बैठे है, उत्थे बाबा जी ने मर्यादा रखी है। ते जे कोई मर्यादा तो उल्ट चलदा, फिर बाबा जी कृपा करदे सी, जिमें दैन जिहड़े मर्यादा भन्नण, ते उहनां वास्ते किड्डा सख्त बचन कहा। नहीं, बाबा जी कहिंदे सी, भाई असीं अपने मालक दे भाए अंदर रहना, अपने मालक दे हुक्म अंदर रहना, अपने मालक नूं नेड़े वेखना, जिहड़ा नेड़े वेखदा ਉਹ ਬੁਰਾ ਨਹੀਂ ਕਰਦਾ, ਜਿਹੜਾ ਨੇੜੇ ਨਹੀਂ ਵੇਖਦਾ ਉਹ ਤਾਂ ਫਿਰ ਬੇਅੰਤ ਬਦਫੈਲੀਆਂ ਕਰਦਾ। ਨਹੀਂ, ਆਪਣੇ ਮਾਲਕ ਨੂੰ, ਬਾਬਾ ਜੀ ਕਹਿੰਦੇ ਸੀ ਮਾਲਕ ਦਾ ਡੰਡਾ ਜਿਵੇਂ ਹਸਤੀ ਸਿਰ ਜਿਉਂ ਅੰਕਸ ਹੈ, ਐਹਨ ਜਿਉਂ ਸਿਰ ਦੇ ਮਨ ਤਨ ਅੱਗੇ ਰੱਖ ਕੇ ਉੱਭੀ ਸੇਵ ਕਰੇ। ਇਉਂ ਗੁਰਮੁਖ ਆਪ ਨਮਾਰੀਐ ਸਭ ਰਾਜ ਸ੍ਰਿਸ਼ਟ ਕਾ ਲੇ, ਐਂ ਸ੍ਰਿਸ਼ਟੀ ਦਾ ਰਾਜ ਮਿਲਦਾ, ਆਪਣਾ ਆਪ ਗਵਾ ਕੇ, ਆਪ ਗਵਾਈਐ ਤਾਂ ਸੌ ਪਾਈਐ, ਜੇ ਸੌ ਨੂੰ ਪਾਉਣਾ ਤਾਂ ਫਿਰ ਆਪਣਾ ਆਪ ਗਵਾਉਣਾ ਪਵੇਗਾ। ਅਤੇ ਕਈ ਕਹਿੰਦੇ ਸੌ ਦੀ ਲੋੜ ਹੀ ਨਹੀਂ, ਸੌ ਦੀ ਕੀ ਲੋੜ ਹੈ? ਨਾ ਬਈ, ਨਾ, ਬਾਬਾ ਜੀ ਦੀ ਬਾਣੀ ਹੈ, ਸੌ ਦੇਖੇ ਬਿਨ ਪ੍ਰੀਤ ਨਾ ਉਪਜੇ, ਅੰਧਾ ਕਿਹਾ ਕਰੇ, ਨਾਨਕ ਜਨ ਅੱਖੀਂ ਲੀਤੀਆਂ ਸੋਈ ਸੱਚਾ ਦੇ। ਸੌ ਦੀ ਸਾਨੂੰ ਲੋੜ ਹੈ, ਸਾਡੇ ਬਾਬਾ ਜੀ ਸਾਡੇ ਸੌ ਸੀ, ਬਾਬਾ ਜੀ ਨੇ ਸਾਡੇ 'ਤੇ ਕਿਰਪਾ ਕੀਤੀਆਂ, ਉਹਨਾਂ ਦੇ ਪਿਆਰੇ ਮਹਾਂਪੁਰਸ਼ਾਂ ਨੇ ਕਿਰਪਾ ਕੀਤੀਆਂ, ਤਾਂ ਹੀ ਤਾਂ ਅੱਜ
ਲੱਖਾਂ ਦੀ ਤਦਾਦ ਵਿੱਚ ਨਾਨਕ ਸਰ ਦੇ ਵਿੱਚ ਸੰਗਤਾਂ ਆ ਰਹੀਆਂ, ਕਿੰਨੀ ਸੇਵਾਵਾਂ ਕਰ ਰਹੀਆਂ, ਬੇਅੰਤ ਸੇਵਾਵਾਂ, ਬੇਅੰਤ ਪਦਾਰਥ ਲਿਆ ਰਹੇ ਹੈ। ਪੁੱਛਦੇ ਆ ਕੇ ਬਾਬਾ ਜੀ ਅਸੀਂ ਕੀ ਪਦਾਰਥ ਲਿਆਈਏ, ਸਾਡੇ ਲਈ ਕੀ ਹੁਕਮ ਹੈ, ਸਾਡੇ ਲਈ ਕੀ ਹੁਕਮ ਹੈ। ਉਹਨਾਂ ਨੂੰ ਪ੍ਰੇਰਨਾ ਕਿਹਦੀ ਹੈ? ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ। ਉਹ ਪ੍ਰੇਰਨਾ ਕਰਦੇ ਹੈ, ਉਹ ਸੰਗਤਾਂ ਦੇ ਦਿਲ 'ਤੇ ਵੱਸਦੇ ਹੈ। ਅਤੇ ਦਰਗਾਹੀ ਮਹਾਂਪੁਰਸ਼ ਸੀ ਬਾਬਾ ਜੀ, ਕਿਰਪਾ ਕਰਦੇ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਆਪਣੇ ਸੋਹਣੇ ਆਸਣ 'ਤੇ ਬਿਰਾਜਮਾਨ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਸ ਕੀ ਬਾਣੀ ਤਿਸ ਮੈਂ ਸਮਾਣੀ, ਦੱਸੇ ਗੁਰੂ ਬਾਣੀ ਵਿੱਚ ਸਮਾਏ ਹੋਏ ਹੈ। ਵਰਤਦੇ ਕਿਹਦੇ ਰਾਹੀਂ ਹੈ? ਆਪਣੇ ਪਿਆਰੇ ਮਹਾਂਪੁਰਸ਼ਾਂ ਰਾਹੀਂ। ਨਾਨਕ ਗੋਬਤ ਵਰਤਦਾ ਪ੍ਰਗਟ ਸੰਤ ਜਨ, ਉਹ ਆਪਣੇ ਪਿਆਰਿਆਂ ਰਾਹੀਂ ਪ੍ਰਗਟ ਹੋਇਆ। ਪਰ ਸੰਤ ਹੋਣ, ਸਵਾਦੂ ਨਾ ਹੋਣ, ਇਹ ਨਾ ਹੋਵੇ ਉੱਤੋਂ ਕੁਛ ਅਤੇ ਅੰਦਰੋਂ ਕੁਛ ਨਹੀਂ। ਬਾਬਾ ਜੀ ਕਹਿੰਦੇ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ? ਅੰਦਰੋਂ ਬਾਹਰੋਂ ਇੱਕ ਹੋਣਾ ਚਾਹੀਦਾ। ਇਉਂ ਬਾਬਾ ਜੀ ਕਿਰਪਾ ਕਰਦੇ ਸੀ। ਬੜੀਆਂ ਮਹਾਨ ਕਿਰਪਾ ਬਾਬਾ ਜੀ ਨੇ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਵਚਨ ਕਰਨਾ। ਦੇਖੋ ਕਿੱਡੀ ਵੱਡੀ ਬਾਬਾ ਜੀ ਨੇ ਸਰਤ ਰੱਖੀ ਸੀ। ਬਾਬਾ ਜੀ ਕਹਿੰਦੇ ਸੀ ਇਹ ਨਾਨਕ ਸਰ ਸਾਡੇ ਗੋਲ ਪੱਗ ਬੰਨ੍ਹ ਕੇ ਜਿਹੜਾ ਬਹਿੰਗਮ ਪੈਸੇ ਮੰਗਦਾ ਨਾ ਕਿਸੇ ਤੋਂ, ਉਹਦਾ ਗੁੱਟ ਵੱਢ ਦਿਓ। ਮੇਰਾ ਵਚਨ ਨਹੀਂ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਹੈ। ਜੇ ਕੋਈ ਮੰਗਦਾ ਉਹ ਵੀ ਦੋਸ਼ੀ ਹੈ, ਅਤੇ ਬਾਬਾ ਜੀ ਕਹਿੰਦੇ ਜਿਹੜਾ ਵਚਨ ਨਹੀਂ ਮੰਨਦਾ ਉਹ ਵੀ ਦੋਸ਼ੀ ਹੈ। ਅਤੇ ਇਸ ਤਰ੍ਹਾਂ ਭਾਈ ਇਹ ਬਾਬਾ ਜੀ ਦਾ ਵਚਨ ਹੈ। ਅੱਜ ਕੱਲ੍ਹ ਲੋਕ ਝੂਠ ਬੋਲਦੇ ਫਿਰਦੇ ਆ, ਇਹ ਪੈਸੇ ਮੰਗਦੇ ਆ, ਜੇ ਕਰਦੇ ਆ, ਉਹਨਾਂ ਲੋਕਾਂ ਦੀ ਪਤਾ ਨਹੀਂ ਕਹੀ ਜੀ ਜਵਾਨ ਲੱਗੀ ਹੋਈ ਹੈ। ਪਰ ਨਹੀਂ, ਬਾਬਾ ਜੀ ਕਹਿੰਦੇ ਸੀ ਭਾਈ ਹਮ ਨਹੀਂ ਚੰਗੇ, ਬੁਰਾ ਨਾ ਦੀਸਾ ਕੋਈ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿਣਾ। ਪਰ ਇਹ ਬਾਬਾ ਜੀ ਦਾ ਦਰਵ ਹੈ। ਬਾਬਾ ਜੀ ਨੇ ਇੱਥੇ ਤਾਂ ਮੇਰਾ ਹੀ ਵੰਡੀਆਂ, ਜਿੰਨੀਆਂ ਕੋਈ ਮਰਜ਼ੀ ਮੇਰਾ ਲੈ ਲਵੇ ਕਿਵੇਂ ਮਿਲਦੀਆਂ। ਬਾਬਾ ਜੀ ਕਹਿੰਦੇ ਜਿਹੜਾ ਜਾਨਵਰ ਵਾ, ਜਿਵੇਂ ਦੋ ਫਰਾਂ ਵਾਲਾ ਜਾਨਵਰ ਉੱਡ ਸਕਦਾ, ਇੱਕ ਤਾਂ ਸੇਵਾ, ਇੱਕ ਸਿਮਰਨ। ਸੇਵਾ ਵੀ ਹੋਵੇ, ਸਿਮਰਨ ਵੀ ਹੋਵੇ। ਸੇਵਾ ਅਸੀਂ ਕਿਵੇਂ ਕਰਨੀ ਹੈ? ਇੱਥੋਂ ਦੇ ਜ਼ਿੰਮੇਦਾਰ ਬੰਦਿਆਂ ਨੂੰ ਪੁੱਛਣਾ ਹੈ, ਹਾਂ ਬਈ ਭਾਈ ਸਾਹਿਬ ਮਹਾਂਪੁਰਸ਼ੋ, ਅਸੀਂ ਕੀ ਸਮਾਨ ਲਿਆਉਣਾ, ਇੱਥੇ ਕੀ ਸੇਵਾ ਕਰਨੀ ਹੈ? ਫਿਰ ਸੰਗਤਾਂ ਉਵੇਂ ਸੇਵਾ ਕਰਦੀਆਂ। ਅੱਜ ਬਾਬਾ ਜੀ ਦੀ ਬਰਸੀ ਦਾ ਦਿਹਾੜਾ, ਬਾਬਾ ਜੀ ਤਾਂ ਵਿਆਹ ਦਾ ਦਿਹਾੜਾ ਕਹਿ ਦਿੰਦੇ ਸੀ, ਪਰ ਬਾਬਾ ਜੀ ਦੀ ਬਰਸੀ ਦਾ ਦਿਹਾੜਾ ਚੱਲ ਰਿਹਾ। ਕੱਲ੍ਹ ਨੂੰ 158 ਖੰਡ ਪਾਠਾਂ ਦੇ ਭੋਗ ਪੈਣੇ ਆ ਸ਼ਾਮ ਦੇ ਟਾਈਮ, ਅਤੇ ਬਾਹਰ ਕਾਫੀ ਪਾਠੀ ਸਿੰਘ ਆ ਰਹੇ ਆ, ਅਤੇ ਫਿਰ ਦੁਬਾਰੇ ਪਾਠ ਪ੍ਰਾਰੰਭ ਹੋ ਜਾਣੇ ਆ। ਅਤੇ ਸਵੇਰੇ ਕੱਲ੍ਹ ਨੂੰ ਜਿਹੜਾ ਸ਼ਾਮ ਦੇ ਦੀਵਾਨ ਵੀ ਮੂਹਰੇ ਹੀ ਲੱਗਣਗੇ। ਇਹ ਬਾਬਾ ਜੀ ਨੇ ਸਾਡੇ 'ਤੇ ਮਹਾਨ ਕਿਰਪਾ ਕੀਤੀ ਆ। ਸਤ ਸੰਤੋਖ ਹੋਵੇ ਜਿਸ ਪਾਸ, ਤਾਂ ਸਤਿਗੁਰ ਸਦ ਬਹਾਲੇ ਪਾਸ। ਜੋ ਸਿੱਖ ਗੁਰੂ ਤੋਂ ਦੂਰ ਜਾਂਦਾ, ਗੁਰੂ ਸੱਦ ਕੇ ਸਿੱਖ ਨੂੰ ਕੋਲ ਬਹਾ ਲੈਂਦਾ। ਖੋਜੀ ਖੋਜ ਲੱਦਾ ਹਰ ਸੰਤਨ ਪਾਹਾ, ਕੀ ਮਤ ਮਤ ਮਰਜ਼ਾਦਾ, ਕੀ ਮਤ ਵੀ ਹੈ ਅਤੇ ਕੀਮਤ ਵੀ ਹੈ, ਦੋਨੇ ਚੀਜ਼ਾਂ ਲੱਗਦੀਆਂ। ਕਹਿ ਨਾ ਜਾਈ ਸੰਤੋ, ਖੋਜਤ ਖੋਜਤ ਲਾਲ ਹਰ ਪਾਇਆ।
कीमत कह न जाई संतो, केड़ा लाल गुरबाणी, अंदर हीरा लाल बनाया, गुर का शब्द परख परखाया, हीरे हीरा वेदया, नानक कंठ सपाई। बाबा जी वचन करदे सी जे हीरे दे विच सेक पाउणा होवे ना आ जिहड़े बरमे आ लोहे दे किन्ने सख्त उत्तों इन्हां नूं पूरा कीता हुंदा तैयार, सेक नहीं पा सकदे हीरे दे विच। हीरे दी जे मुखी लगी होवेगी मूहरे उहदे नाल हीरे विच सेक पऊ। बाबा जी ने बाणी अंदर कृपा कीती है, हीरे हीरा वेदया नानक कंठ सपाए, हीरे नूं हीरा वेदा। ते बाबा जी ने, बाबा आनंद सिंह जी महाराज ने बड़े चाहवान सी बाबा जी तो दात लैण दे लई, पर दात किने लई? धन धन बाबा ईसर सिंह जी महाराज ने। ते जदों बाबा जी नूं भोरे विच पक्खा करना चार बंदियां दी ड्यूटी लगी हुई सी, चार बंदियां दी, ते एक अपने राम सिंह होनी हुंदे सी बीड़ ब्रह्मण, बाबा हजूरा सिंह, एक भाई की ड्रोली वाले, एक धन धन बाबा ईसर सिंह जी महाराज। दो दो ढाई ढाई घंटे चारे वजाणियां ने ड्यूटी करनी। सानू उन्होंने राम सिंह होना ने बचन दसिया, कहन लगे असी कुताही कर जानी जदों सानू सेवादार ने ठाउन आना, बई भाई जाओ थोड़ी ड्यूटी टाइम हो गया थोड़ा। असी मूहरों कह देना साडा तां ढिड दुखदा है, हुण सानू किहड़ा थर्मामीटर ला के वेखना सी, ते पैर नूं तां ऊंजी करदा हुंदा सी। ते बाबा ईसर सिंह जी महाराज ने फिर ड्यूटी करी जानी। जदों तीजे कोले जाना उहने भी कह देना मेरा तां सिर दुखदा है। कई वेरी इहो जिहा समां आया सारी सारी रात धन धन बाबा ईसर सिंह जी महाराज पक्खे दी ड्यूटी करी जांदे सारी सारी रात, ते पर शिकायत भी नहीं सी लाउंदे किसी दी, बई जी इन्हां ने ऐं कीता मेरे नाल ना। बाबा जी नूं पता भी सारा हुंदा सी। बाबा जी ने फिर सवेरे कहना ओए ड्यूटियां नहीं करदे, है थोड़ी ड्यूटी है, फिर बाबा जी ताड़ना भी करदे सी। पर वह फिर राम से उन्हें बचन कहा, कहिंदे जिहड़ा बंदा इत्थे ड्यूटी ते पाबंदा है उहदे ते मालक दी प्रसन्नता हुंदी है। असी ड्यूटी दे पाबंद नहीं रहे, असी घर दे ना घाट दे। अज धन धन बाबा ईसर सिंह जी महाराज दे सेवादार भी संत बन गए, महापुरश बन गए, असी उवें तुरे फिरदे हाँ। देखो उन्होंने सानू बचन दसिया, इसलिए भाई बाबा जी कृपा करदे सी जिहड़ा बंदा हुक्म च रहिंदा है, ड्यूटी तकड़ा हो के करदा है, उहनू किसी चीज़ का कोई घाटा नहीं रहिंदा। अज धन धन बाबा ईसर सिंह जी महाराज का यह दूजा दिन हो गया, वरसी का दिहाड़ा चल रहा है। बहुत प्यार वालियां संगतां, लाके वालियां संगतां जिन्हां ने महीना भर ड्यूटी की है, तो गागर सर विच अपने 29 तरीक तो अखंड पाठ प्रारंभ सीगे, ते कल भोग पए ने दुबारे, वो सारे पाठी सिंह हुण भी विचे लगे हुए है। इसलिए बाबा जी की किन्नी महान कृपा है, किन्ने पाठ चल रहे हैं, सारे इतों के बहिंगम महापुरश सब वध चढ़ के ड्यूटियां करते हैं। यही भाई वड्डी चीज़ है, किसी की निंदा ना करया करो, किसी नूं माड़ा ना कहा करो, माड़ा कहण वाले का बाला असर चंगा नहीं हुंदा, ते बाबा जी की उन्हां ते प्रसन्नता नहीं हुंदी। असी साडा बाबा जी ने मन ही इहो जिहा बनाया। धन धन बाबा नारायण सिंह जी महाराज ने कहा वचन कीता
बाबा जी कहंदे हो एवें गुस्से गस्से ना होया कर किसे दे नाल, ते साडे मन च तां आउंदी नहीं कोई भी गल, पर जे मर्यादा की गल आउंदी आ उह सानू कहनी पैंदी है, सातों नहीं रुकिया जांदा। पर असी तां भमां ना करिए, साढ़े बाबा जी जरूर इस चीज़ के उत्ते सख्त पहरा दिंदे आ। ते इस तरह भाई क्यों मालक ज्यों होए असी उन्हां दे बच्चे होए, उन्हां नूं फिक्र होना सानू कहदा फिक्र है ना बई। बाबा जी कहिंदे सारिआं नाल प्यार करो, आप तो वड्डे दा सत्कार करो, आपस विच मिल के रहो, जिवें मिलवे की महिमा बर ना साको, नानक परे परीला। बाबा जी महान कृपा करदे सी, अज बाबा जी दा अनाली सोहना आसण वाली जगह है, ते बाबा जी दे इत्थों थाल तैयार हुंदे है भोग लगन वास्ते, चाहां दे थाल तैयार हुंदे है, नाल ही इस आस सचखंड विच फिर भाई गुरजीत सिंह होनी अरदास करदे है, भोग लवाउंदे है, अरदास हुंदी है। ते इस तरह भाई ये मेन ड्यूटियां चलदियां ने, ते रागी सिंह इत्थे मूहरे कीर्तन करदे है, साढ़े पांच घंटे ड्यूटी सवेरे, साढ़े पांच घंटे शाम नू, किड्डी गुरु साहब ने कृपा है। ते बाबा जी कहिंदे मेरा गुरु नानक, बाबा जी किते गए नहीं, वो तो सदा लई हाजर है, जै जै पेखो तैं हजूर, दूर कथू ना जाई, राव रहया सर्वत्र मैं, मन सदा त्याई, ईत ऊत ना बिसड़ै सो संगी गणिया। मालक नहीं बिसड़दा, बंदे दे को कर्म बसोड़दे आ, बंदे दे माड़े फुरने बसोड़दे आ, बंदा जेड़ा माड़ी सोच वह बंदे नू बसोड़ दिंदी आ, इसलिए रब नहीं किसे नू बसोड़दा, वह तो सदा लई साडे ते मेहरबान है। इसलिए भागा वाले हो, जिन्नियां भी सारियां संगतां बाबा जी दे दर ते आए हो, सारे इलाके वाले ते वध चढ़ के आउणा है, होर संगतां नू भी लिआउणा है, सब नू दसना है। नाले कल नू तां शाम दे टाइम जिहड़े पिछले खंड पाठां दे भोग पैणगे, दुबारे पाठ प्रगास होणगे, नाले रात नू फिर कीर्तन भी होऊगा। ते इस तरह भाई नाले बाबा जी का वचन सी नगर कीर्तन 6 अक्तूबर नू होवेगा, सवेर वेले 10 बजे, ते शाम नू फिर भोग पैणगे सारे पाठां दे। ते साडे गुरजीत सिंह होणी जिहड़े गुरु साहब की सेवा करदे आ वह अरदास करनगे। ते इस तरह भाई सारे भागां वालिओ अमृत वेले उठिया करो, नितनेम करिया करो, घौलना करिया करो, ड्यूटियां ते तकड़े हो के चलिया करो। जिन्ना ही तकड़े हो के चलांगे उन्ने साडे शरीर तकड़े रहणगे, जिन्नी घौल करांगे ढिल करांगे उन्ने फिर शरीर भी भाई ढिले हुंदे आ। इसलिए असी हुण समाप्ति करदे आ, सवेरे उठिया करो, नितनेम करो, फिर बाबा जी कृपा करदे सी। बाबा जी ने किन्ने सोहणे ते प्यारे बचन किते आ, पहला तो बाबा जी दे बचना दी समझ ही नहीं सी आउंदी। हुण साडे भाई गुरपाल सिंह होणी हंसरा उस परिवार नूं बड़ा प्यार है बाबा जी दे नाल, बाबा जी नूं उह रब मनदे आ, ते उहनां ने बड़े इह सोहणे टेप रिकॉर्डां ठीक कर करके दित्तियां। ते हुण बाबा जी दे बचना दी समझ आउंदी सी, इसलिए साडे बाबा जी गुरु सी साडे, जिमें बलिहारी गुर अपने दिहाड़ी सदवार, जिन मानस ते देवते कीए करत न लागी वार। एहो जग सच्चे की है कोठड़ी, सच्चे का बिच वास, इक ना हुक्म समाए ले इक ना हुक्मे करे बनास, जेड़ा बनास करूगा वो खाली रह जाऊ, जेड़ा अंदर थां देवेगा समावेगा बचन मनेगा उन्हां ते भाई बाबा जी की मेहर होगी। जिन्नियां संगतां आए हो भागा वाले हो, ते जे असी इन्हां बचनां नूं हिरदे विच वसावांगे फिर सानू की मिलेगा,
ए लोक सुखिए परलोक सहेले नानक हर प्रभ आपे ही मेले। वाहिगुरु जी का खालसा वाहिगुरु जी की फतेह।